दशमेश पब्लिक हाई स्कूल जो कि चक्की वाली गली मोगा विखे स्थित है। दशमेश पब्लिक हाई स्कूल अपने इलाके में बहुत ही वधिया तरीके से सहूलतां दे रहा है। बीते दिन स्कूल विखे एनुअल फंक्शन बड़ी ही धूमधाम नाल करवाया गया। इस मौके मुख्य मेहमान के तौर पर डॉक्टर हरजोत कमल जी MLA मोगा, गैसट ऑफ ऑनर विनोद बंसल चेयरमैन इंप्रूवमेंट ट्रस्ट मोगा, मनजीत सिंह मान MC, जसप्रीत सिंह विक्की एक्स सरपंच संत नगर विशेष तौर पर पहुंचे तो उन्होंने वालों शमा रोशन करके प्रोग्राम की शुरुआत की गई। इस मौके बच्चों ने बढ़ चढ़ के हिस्सा लिया तो रंगारंग प्रोग्राम पेश किया। इस मौके बच्चों को इनाम भी वंडे गए। आओ नज़र मारते हाँ इस दिन झलकियां ते। खड़ा कोई देखो देखो
ਸੁਣੇ ਖਾਬ ਭੁੱਲੀ ਸ਼ਬੀਰ ਕੁੜੀਏ ਹੋ ਪੰਜਾਬਣੇ ਸ਼ਬੀਰ ਕੁੜੀਏ ਪੰਜਾਬਣੇ
ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਹਮੇਸ਼ਾ ਸੋਚਿਆ ਤੁਹਾਡੇ ਪਿਆਰ ਦੇ ਪਾਤਰ ਬਣਨਾ, ਕਦੇ ਨਾ ਸੋਚਿਆ ਇਹ ਬਣਦੇ ਜਾਂ ਉਹ ਬਣਦੇ। ਹਾਂਜੀ, ਨਾਓ ਸੈਕਿੰਡ ਕਲਾਸ ਬੋਇਜ਼ ਗੋਇੰਗ ਟੂ ਪਰਫੋਰਮ ਆ ਭੰਗੜਾ ਔਨ ਪੰਜ ਤਾਰਾ ਸੌਂਗ। ਮੋਗਾ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਅਸੀਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਨੂੰ ਜੀਓ ਆਇਆ ਆਖਦੇ ਹਾਂ। ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਾਡੇ ਅੱਜ ਦੀ ਇਸ ਫੰਕਸ਼ਨ ਦੀ ਸ਼ਾਨ ਨੂੰ ਬੜਾਵਾ ਦਿੱਤਾ, ਆਪਣਾ ਟਾਈਮ ਕੱਢਿਆ। ਥੈਂਕ ਯੂ ਵੈਰੀ ਮੱਚ ਸਰ।
ਮਾਰੇ ਪੈਰ ਜੱਟੀਏ ਕਰੇ ਕਹਿਰ ਜੱਟੀਏ ਮਾਰੇ ਪੈਰ ਜੱਟੀਏ ਤੇਰੀ ਬਿੱਲੀ ਆਖੀ ਪੈਰਾਂ ਵਿੱਚ ਹੀਲ ਪਾਈ ਅੱਧੇ ਫੁੱਟ ਦੀ ਸਾਡਾ ਦਿਲ ਲੁੱਟਦੀ ਨਾ ਕਿਤੇ ਜਾਵੇ ਟੁੱਟਣੀ ਦੁੱਲੇ ਖਾਂਦਾ ਲੱਕ ਨੀ ਉਹ ਪਤਾਸੇ ਜਿਹੇ ਬੁੱਲਾਂ ਉੱਤੇ ਪੋਪੀ ਲਾ ਲਿਆ ਤੁਲੋਂ ਦੀ ਫੇਰੇ ਮੱਸ ਕੇ ਸਕੂਲ ਦਾ ਰੂਪ ਧਾਰ ਚੁੱਕੀਆਂ ਜਿੱਥੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਉੱਥੇ ਮੈਂ ਮਾਪਿਆਂ ਦੇ ਚਿਹਰਿਆਂ 'ਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀਆਂ ਕਾਮਨਾਵਾਂ ਦੀਆਂ ਲਕੀਰਾਂ ਮੈਨੂੰ ਸਾਫ਼ ਦਿਸ ਰਹੀਆਂ। ਜਦੋਂ ਵੀ ਕਿਸੇ ਦੇ ਘਰ ਬੱਚਾ ਹੁੰਦਾ ਤਾਂ ਸਾਡੀ ਉਹਦੇ ਜੰਮਣ ਸਾਰ ਹੀ ਇੱਕ ਆਸਾਂ ਦੀ ਝੜੀ ਸਾਡੀ ਉਕਰਨ ਲੱਗ ਪੈਂਦੀ ਹੈ ਕਿ ਇਹ ਪੜੂਗਾ, ਵੱਡਾ ਅਫਸਰ ਬਣੂਗਾ, ਇਹਦਾ ਵਿਆਹ ਕਰਾਂਗੇ, ਚਾਹੇ ਉਹ ਧੀ ਹੋਵੇ ਚਾਹੇ ਪੁੱਤ ਹੋਵੇ।
ਤੇ ਫਿਰ ਬੁਢਾਪੇ 'ਚ ਮੇਰੀ ਸੇਵਾ ਕਰੂਗਾ। ਪਰਮਾਤਮਾ ਕਰੇ ਤੁਹਾਡੇ ਸਾਰੇ ਸੁਪਨੇ ਇਸੇ ਤਰ੍ਹਾਂ ਹੀ ਪੂਰੇ ਹੋਣ, ਤੁਹਾਡੇ ਬੱਚੇ ਬਹੁਤ ਬਹੁਤ ਪੜ੍ਹਨ, ਬੜੀਆਂ ਤਰੱਕੀਆਂ ਕਰਨ, ਬੜੇ ਉੱਚੇ ਅਹੁਦਿਆਂ 'ਤੇ ਜਾਣ, ਤੁਹਾਡੀਆਂ ਸੁਪਨਿਆਂ ਦੀਆਂ ਪਰੀਆਂ ਮੁੰਡੇ ਵਿਆਹ ਕੇ ਲਿਆਉਣ ਅਤੇ ਤੁਹਾਡੇ ਸੁਪਨਿਆਂ ਦੇ ਸ਼ਹਿਜ਼ਾਦੇ ਤੁਹਾਡੀਆਂ ਕੁੜੀਆਂ ਵਿਆਹ ਕੇ ਲੈ ਕੇ ਆਉਣ ਔਰ ਉਹ ਤੁਹਾਡੀ ਬਹੁਤ ਸੇਵਾ ਕਰਨ। ਬਹੁਤ ਬਹੁਤ ਮੁਬਾਰਕਬਾਦ ਤੁਹਾਡੇ ਵਾਸਤੇ, ਬਹੁਤ ਸ਼ੁਭਕਾਮਨਾਵਾਂ। ਤੁਹਾਡਾ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਤੁਹਾਡੇ ਸਕੂਲ ਨੂੰ ਬਹੁਤ ਆਮਦਨ ਹੋਵੇ, ਤੁਹਾਡੇ ਸਟਾਫ ਦੀਆਂ ਬਹੁਤ ਬਹੁਤ ਤੁਸੀਂ ਤਨਖਾਹਾਂ ਦਿਓ, ਤੁਹਾਡੇ ਬੱਚੇ ਬਹੁਤ ਪੜ੍ਹ ਪੜ੍ਹ ਕੇ ਵੱਡੇ ਅਫਸਰ ਵੱਡੀਆਂ ਅਹੁਦਿਆਂ 'ਤੇ ਪਹੁੰਚਣ ਔਰ ਜਿੰਨੀਆਂ ਮੇਰੀਆਂ ਭੈਣਾਂ ਮੇਰੇ ਭਰਾ ਮਾਪਿਆਂ ਦੇ ਰੂਪ 'ਚ ਬੈਠੇ ਨੇ ਉਹਨਾਂ ਸਾਰਿਆਂ ਵਾਸਤੇ ਵੀ ਬਹੁਤ ਦੁਆ ਸ਼ੁਭਕਾਮਨਾ। ਤੁਹਾਡੇ ਘਰ ਤੰਦਰੁਸਤੀ ਚੜ੍ਹਦੀ ਕਲਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ, ਜੈ ਪੰਜਾਬ ਅਤੇ ਜੈ ਮੋਗਾ। ਸ਼ੁਰੂ ਕੀਤਾ ਸੀ ਔਰ ਅੱਛੀਆਂ ਨੇਕ ਲੀਹਾਂ 'ਤੇ ਉਦੋਂ ਤੋਂ ਸਕੂਲ ਚੱਲ ਰਿਹਾ ਹੈ। ਪਹਿਲਾਂ ਪ੍ਰਾਇਮਰੀ ਸਕੂਲ ਸੀ, ਫਿਰ ਮਿਡਲ ਤੱਕ ਇਹ ਮਨਜ਼ੂਰੀ ਮਿਲ ਗਈ ਇਸ ਨੂੰ ਔਰ 1998 ਦੇ ਵਿੱਚ ਇਹ ਪੱਕੇ ਤੌਰ 'ਤੇ ਇਸ ਨੂੰ DPI ਪੰਜਾਬ ਵੱਲੋਂ ਮਾਨਤਾ ਮਿਲ ਗਈ ਸੀ ਔਰ ਮੋਗੇ ਦੇ ਕੁਝ ਸਕੂਲਾਂ ਵਿੱਚੋਂ ਇੱਕ ਸਕੂਲ ਹੈ ਜਿਹਦੇ ਕੋਲ DPI ਪੰਜਾਬ ਦੀ ਪੱਕੀ ਮਾਨਤਾ ਹੈ ਔਰ ਪੰਜਾਬ ਬੋਰਡ ਦੇ ਨਾਲ ਇਸ ਦੀ ਐਫੀਲੀਏਸ਼ਨ ਵੀ ਹੈ। ਜਦੋਂ ਤੋਂ ਸਕੂਲ ਚੱਲ ਰਿਹਾ ਹੈ ਇਹਦੇ ਰਿਜ਼ਲਟ ਬਹੁਤ ਅੱਛੇ ਆ ਰਹੇ ਹਨ। ਹਰ ਸਾਲ 100% ਸਾਡਾ 10ਵੀਂ ਦਾ ਰਿਜ਼ਲਟ ਹੁੰਦਾ ਹੈ ਔਰ ਬੱਚੇ 95% 97% ਤੱਕ ਵੀ ਹਰ ਸਾਲ ਮਾਰਕਸ ਲੈ ਕੇ ਜਾਂਦੇ ਹਨ। ਇਹ ਜੋ ਰਿਜ਼ਲਟ ਇੰਨੇ ਅੱਛੇ ਆਉਂਦੇ ਹਨ ਉਹ ਮਿਹਨਤੀ ਸਟਾਫ ਦਾ ਨਤੀਜਾ ਹੈ। ਸਟਾਫ ਬਹੁਤ ਅੱਛਾ ਹੈ, ਸਾਰੇ ਟੀਚਰਸ ਕੁਆਲੀਫਾਈਡ ਹਨ, ਬਹੁਤ ਮਿਹਨਤੀ ਹਨ, ਇਸੇ ਕਰਕੇ ਸਕੂਲ ਦਾ ਰਿਜ਼ਲਟ ਬਹੁਤ ਅੱਛਾ ਆਉਂਦਾ ਹਰ ਸਾਲ ਔਰ ਇਸ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਪੂਰਾ ਇੰਤਜ਼ਾਮ ਹੈ। ਕੰਪਿਊਟਰ ਲੈਬ ਹੈ, ਸਾਇੰਸ ਲੈਬ ਹੈ, ਸਮਾਰਟ ਕਲਾਸ ਹੈ, ਇੰਗਲਿਸ਼ ਲੈਬ ਹੈ, ਹਰ ਤਰ੍ਹਾਂ ਦੀਆਂ ਸੁਵਿਧਾਵਾਂ ਇੱਥੇ ਪ੍ਰਾਪਤ ਹਨ। ਖੇਡਾਂ ਦਾ ਵੀ ਯੋਗ ਪ੍ਰਬੰਧ ਕੀਤਾ ਗਿਆ ਹੈ ਔਰ ਪਿਛਲੇ ਸਾਲ ਸਾਡੇ ਸਕੂਲ 'ਚੋਂ 3 ਵਿਦਿਆਰਥੀ ਮੈਰਿਟ ਲਿਸਟ ਵਿੱਚ ਆਏ ਸੀ ਔਰ ਪਿਛਲੇ ਸਾਲ ਵੀ ਬੱਚੇ ਸਾਡੇ 95% 94% ਅਵਨੀਤ ਕੌਰ 95% ਨੰਬਰ ਲੈ ਕੇ ਪਾਸ ਹੋਈ ਸੀ ਜਿਹੜੀ ਕਿ ਸਕੂਲ ਵਿੱਚੋਂ ਫਸਟ ਆਈ। ਸੋ ਮੈਂ ਸਭ ਇੱਥੇ ਪੇਰੈਂਟਸ ਜਿੰਨੇ ਵੀ ਪਹੁੰਚੇ ਹਨ, ਲੇਡੀਜ਼ ਜੈਂਟਸ, ਉਹਨਾਂ ਦਾ ਫਿਰ ਇੱਕ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਥੇ ਆ ਕੇ ਬੱਚਿਆਂ ਦਾ ਹੌਸਲਾ ਅਫਜ਼ਾਈ ਕੀਤੀ ਔਰ ਰੌਣਕ ਵਧਾਈ। ਸਭ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਦੋ ਹਜ਼ਾਰ 2019 ਨੂੰ ਹੋ ਰਹੇ ਦਸ਼ਮੇਸ਼ ਪਬਲਿਕ ਹਾਈ ਸਕੂਲ ਦੇ ਵਿੱਚ ਹੋ ਰਹੇ ਐਨੂਅਲ ਫੰਕਸ਼ਨ ਦੇ ਵਿੱਚ ਸਟੂਡੈਂਟ
ਅਤੇ ਪਹੁੰਚੇ ਉਹਨਾਂ ਦੇ ਮਾਂ ਬਾਪ ਸਾਰਿਆਂ ਦਾ ਹੀ ਇੱਥੇ ਆਉਣ 'ਤੇ ਮੈਂ ਆਪਣੇ ਵੱਲੋਂ ਅਤੇ ਇਸ ਸਕੂਲ ਦੇ ਸਟਾਫ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੂੰ ਜੀਆਂ ਆਖਦਾ ਹਾਂ। ਇਹ ਜਿਹੜਾ ਸਕੂਲ ਹੈ ਸਰਦਾਰ ਗੁਰਦਿਆਲ ਸਿੰਘ ਜੀ ਦੇ ਸੁਪਨਿਆਂ ਦਾ ਸੰਸਾਰ ਹੈ। ਇਸ ਸਕੂਲ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ 'ਤੇ ਲਿਜਾਣ ਦੇ ਵਿੱਚ ਸਕੂਲ ਦੇ ਡਾਇਰੈਕਟਰ ਸਰਦਾਰ ਗੁਰਵੀਰ ਸਿੰਘ ਜੀ ਜੱਸਲ ਜੀ ਨੇ ਪੂਰਾ ਯੋਗਦਾਨ ਪਾਇਆ। ਇਸ ਦੇ ਨਾਲ ਨਾਲ ਉਹਨਾਂ ਨੇ ਆਪਣੀਆਂ ਸ਼ਹਿਰ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਬੇਸ਼ੱਕ ਦੀ ਇਹ ਸਕੂਲ ਜਿਹੜਾ ਹੈ ਇੱਕ ਸਾਈਡ 'ਤੇ ਹੋਣ ਦੇ ਨਾਤੇ ਛੋਟਾ ਹੈ ਅਤੇ ਇੱਥੇ ਸਟਾਫ ਜਿਹੜਾ ਹੈ ਉਹ ਬੱਚਿਆਂ ਨੂੰ ਇਸ ਤਰੀਕੇ ਨਾਲ ਮਿਹਨਤ ਕਰਾਉਂਦਾ ਹੈ ਕਿ ਜਿਵੇਂ ਇਹ ਸਕੂਲ ਨਹੀਂ ਕੋਈ ਟਿਊਸ਼ਨ ਸੈਂਟਰ ਹੋਵੇ। ਇਸ ਸਕੂਲ ਦੇ ਬੱਚਿਆਂ ਨੇ ਜੋ ਤਰੱਕੀਆਂ ਹਾਸਲ ਕੀਤੀਆਂ ਅੱਜ ਇਸ ਸਕੂਲ ਦੇ ਬੱਚੇ ਫੋਰਨ ਕੰਟਰੀਆਂ ਦੇ ਵਿੱਚ ਵੀ ਬਹੁਤ ਉਪਲਬਧੀਆਂ ਹਾਸਲ ਕਰ ਰਹੇ ਹੈ।